ਚਾਰ ਮੁੰਡੇ ਰੋਜ਼ ਖੜੇ ਕਰਦਾ ਤਾਂ ਉੱਥੇ ਸਾਹਮਣੇ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਅਧੀਨ ਪੈਂਦੇ ਵਿਸ਼ਕਰਮਾ ਨਗਰ 'ਚ ਇੱਕ ਝਗੜੇ ਦੌਰਾਨ 40 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਨੌਜਵਾਨ ਅਤੇ ਉਸਦੇ ਦੋਸਤਾਂ ਨੂੰ ਆਪਣੇ ਘਰ ਦੇ ਬਾਹਰ ਖੜ੍ਹੇ ਹੋਣ ਤੋਂ ਰੋਕਿਆ ਅਤੇ ਇਸ ਗੱਲ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਟਾਂ ਰੋੜੇ ਚੱਲ ਪਏ। ਝਗੜੇ ਵਿੱਚ ਬਚਾਅ ਕਰਨ ਆਏ ਧਰਮਿੰਦਰ ਨਾਂ ਦੇ ਵਿਅਕਤੀ 'ਤੇ ਇੱਟ ਵੱਜਣ ਕਰਕੇ ਮੌਕੇ 'ਤੇ ਮੌਤ ਹੋ ਗਈ। ਇਹਦਾ ਮੁੰਡਾ ਕਿਰਨਾਂ ਦਾ ਕੇਸ਼ਵ ਅਤੇ ਮੇਰੇ ਬੜੇ ਮੁੰਡੇ ਨੇ ਇੱਥੇ ਮਸ਼ੀਨਾਂ ਚਲਾਉਂਦੇ ਨੇ, ਕਹਿ ਤਾ ਬੇਟਾ ਇੱਥੇ ਨਾ ਖੜੋ, ਤੁਸੀਂ ਆਪਣੇ ਗੇਟ ਮੂਹਰੇ ਖੜੋ। ਅੱਗੇ ਵੀ ਕਈ ਵਾਰ ਰੁਕਿਆ, ਇਹ ਨਹੀਂ ਰੁਕਿਆ। ਜਦ ਇਹ ਨਹੀਂ ਰੁਕਿਆ, ਇਹਦੇ ਮੁੰਡੇ ਨੇ ਚੱਕ ਕੇ ਇੱਟ ਮਾਰੀ ਭੈਣ ਚੌਦਾ, ਕਹਿੰਦਾ ਤੈਨੂੰ ਦੱਸ। ਉਹ ਮੁੰਡਾ ਹਜੇ ਗੇਟ 'ਚ ਹੀ ਆ, ਇੱਟ ਨਹੀਂ ਲੱਗੀ ਮੇਰੇ ਮੁੰਡੇ ਦੀ ਬਚਾਅ ਹੋ ਗਿਆ। ਉਹ ਦੂਆ ਦੁਕਾਨ 'ਚੋਂ ਆਇਆ, ਉਹ ਕਹਿੰਦਾ ਯਾਰ ਕਾਹਨੂੰ ਬੋਲਦੇ ਆ, ਜਾਓ ਕਾਕਾ ਉੱਧਰ। ਇੱਥੋਂ ਫੜ ਕੇ ਮੋਢਿਆਂ ਦਾ ਧੱਕਾ ਮਾਰ ਕੇ ਪਿੱਛੇ ਨੂੰ ਕਰਤਾ, ਉਹ ਮੈਂ ਲੁੱਟ ਲਈ ਓਏ ਪੁੱਤਾ, ਉਹ ਮੇਰਾ ਸਾਰਾ। ਉਹ ਜਿਹੜੇ ਦੋ ਮੁੰਡੇ ਨਾਲ ਆਏ ਸੀ ਉਹਨਾਂ ਨੇ ਪਿੱਛੋਂ ਮੇਰੇ ਭਰਾ ਦੀਆਂ ਬਾਹਾਂ ਫੜ ਲਈਆਂ। ਕੇਸ਼ਵ ਨੇ ਉਹਦੇ ਇੱਟ ਮਾਰੀ, ਉਹਦੀ ਮਾਂ ਨੇ ਇੱਟ ਫੜਾਈ ਉਹਨੂੰ, ਕਹਿੰਦੀ ਇਹਦਾ ਸਿਰ ਪਾੜ ਇਹਦਾ, ਕਹਿੰਦੀ ਆਇਆ ਕਹਿੰਦੀ ਛਡਾਉਣ ਆਪਣੇ ਭਰਾ ਨੂੰ। ਉਹ ਮੁੰਡੇ ਦਾ ਕੋਈ ਕਸੂਰ ਨਹੀਂ ਹੈਗਾ, ਕੁਛ ਨਹੀਂ ਹੈਗਾ ਜੀ। ਕਿਆ ਅਸੀਂ ਆਪਣੇ ਘਰ ਦੇ ਅੱਗੇ ਖੜ੍ਹੇ ਨਜਾਇਜ਼ ਬੰਦੇ ਨੂੰ ਕਹਿ ਨਹੀਂ ਸਕਦੇ ਵੀ ਭਾਈ ਤੁਸੀਂ ਇੱਥੇ ਕਿਉਂ ਖੜ੍ਹੇ ਆ, ਤੇਰਾ ਇੱਥੇ ਕੀ ਕੰਮ ਆ ਖੜ੍ਹਨ ਦਾ, ਦੱਸੋ। ਅਤੇ ਮੇਰੇ ਭਰਾ ਦਾ ਉਹਨਾਂ ਨੇ ਮਾਰ ਕੇ ਉੱਥੇ ਮਾਰ ਦਿੱਤਾ ਮੁੰਡੇ ਦੇ, ਜਦੋਂ ਇੱਟ ਵੱਜੀ ਛਾਤੀ ਦੇ ਵਿੱਚ ਵੱਜੀ ਇੱਟ ਮਾਰੀ ਜੀ ਇਹਨਾਂ ਨੇ ਖੱਬੇ ਪਾਸੇ, ਅਤੇ ਮੁੰਡਾ ਉੱਥੇ ਗਿਰ ਗਿਆ। ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਹਾਂ ਜੀ, ਇਹਨਾਂ ਨੇ ਸਾਡੇ ਨਾਲ ਬੇਇਨਸਾਫੀ ਕੀਤੀ, ਉਹ ਮੁੰਡੇ ਨੂੰ ਇਨਸਾਫ ਦਿੱਤਾ ਜਾਵੇ, ਪੰਜਾਂ 'ਤੇ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਥਾਣਾ ਮੁਖੀ ਸੁਲੱਖਣ ਸਿੰਘ ਨੇ ਕਿਹਾ ਕਿ ਦੋ ਧਿਰਾਂ ਦੇ ਆਪਸੀ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਤਫਤੀਸ਼ ਕਰਨ ਲਈ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸ਼ਰਮਾ ਨਗਰ ਦੇ ਵਿੱਚ ਜਿਹੜਾ ਧਰਮਿੰਦਰ ਕੁਮਾਰ ਉਰਫ ਕਾਲਾ ਆ, ਪੁੱਤਰ ਮੋਹਨ ਲਾਲ, ਇਹਦਾ ਜਿਹੜਾ ਆਪਣੇ ਗੁਆਂਢੀ ਆ ਕੇਸ਼ਵ, ਉਹਦੇ ਦੋਸਤ ਅੰਕਰ, ਜਗਨ, ਉਹਦੀ ਮਾਂ ਨਾਲ ਝਗੜਾ ਹੋਇਆ ਆ। ਝਗੜਾ ਹੋਣ ਤੋਂ ਬਾਅਦ ਇਹ ਹਸਪਤਾਲ ਲੈ ਕੇ ਗਏ ਆ, ਉੱਥੇ ਉਹਦੀ ਡੈਥ ਹੋ ਗਈ ਆ। ਇਹ ਤਸਦੀਕ ਕਰ ਰਹੇ, ਇਹਨਾਂ ਦਾ ਬਿਆਨ ਲਿਖ ਲੈਣੇ, ਬਿਆਨ ਲਿਖ ਕੇ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਇਹਦੀ ਕੀਤੀ ਜਾ ਰਹੀ ਆ, ਅਤੇ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।